ਅੱਗੇ ਅੱਗੇ ਆਪਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਬਤ ਆਪਾਂ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਹਾਂ ਸ਼ਰਮਾ ਜੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਬੱਚਿਆਂ ਦੇ ਕੋਲ ਕਿੰਨੇ ਸਮਾਰਟਫੋਨ ਨੇ, ਕਿੰਨੇ ਬੱਚੇ ਪੰਜਾਬੀ ਨਹੀਂ ਪੜ੍ਹ ਸਕਦੇ, ਕਿੰਨਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਕਿੰਨੇ ਮੈਥ ਦੇ ਵਿੱਚ ਨਲਾਇਕ ਨੇ, ਇਹਨਾਂ ਸਾਰੇ ਪਹਿਲੂਆਂ 'ਤੇ ਆਪਾਂ ਗੱਲਬਾਤ ਕਰ ਹਟੇ ਹਾਂ। ਪਰ ਹੁਣ ਇੱਕ ਪੰਜਾਬ ਦੇ ਸਕੂਲ ਸਿੱਖਿਆ ਦੀ ਇੱਕ ਹੋਰ ਤਸਵੀਰ ਹੈ, ਉਹਦੇ ਬਾਰੇ ਚਾਨਣਾ ਜ਼ਰੂਰ ਪਾਇਓ। ਕਹਿੰਦੇ ਕਿ ਪੰਜਾਬ ਦੇ 13% ਸਕੂਲ ਅਜਿਹੇ ਹੈ ਸ਼ਰਮਾ ਜੀ, ਜਿਹੜੇ ਜਿਨ੍ਹਾਂ ਦੇ ਵਿੱਚ ਸਿਰਫ ਇੱਕੋ ਹੀ ਮਾਸਟਰ ਹੈ, ਯਾਨੀ ਕਿ ਇੱਕ ਇੱਕ ਮਾਸਟਰ ਦੇ ਹਵਾਲੇ ਹੈ ਜਾਂ ਸਹਾਰੇ ਕਹਿ ਸਕਦੇ ਹਾਂ ਆਪਾਂ। ਪ੍ਰਵੀਨ ਜੀ, ਸਿੱਖਿਆ ਤੇ ਸਿਹਤ ਆਮ ਆਦਮੀ ਪਾਰਟੀ ਦਾ ਸਭ ਤੋਂ ਤਕੜਾ ਚੁਣਾਵੀ ਹਥਿਆਰ ਹੈ ਜੀ, ਬਿਲਕੁਲ ਕੋਈ ਸ਼ੱਕ ਨਹੀਂ। ਸਿੱਖਿਆ ਤੇ ਸਿਹਤ ਦੇ ਨਾਂ ਦੇ ਉੱਤੇ ਪੂਰੀ ਸਿਆਸਤ ਕਰਦੇ ਨੇ, ਖਾਸ ਕਰ ਸਰਕਾਰੀ ਸਕੂਲਾਂ ਦੇ ਹਵਾਲੇ ਨਾਲ। ਤੇ ਫਿਰ 2 ਸਾਲ ਲਗਭਗ ਸਰਕਾਰ ਨੂੰ ਹੋ ਚੱਲੇ, ਅਖੰਡ ਰਹਿੰਦਾ ਹੈ। ਤੇ ਜੇ ਮਤਲਬ 2 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੁਸੀਂ ਅਜੇ ਤੱਕ ਕੁੜੀਆਂ ਦੇ ਲਈ ਪੂਰੇ ਪਖਾਨਿਆਂ ਦਾ ਪ੍ਰਬੰਧ ਨਹੀਂ ਕਰ ਸਕੇ, ਤੁਸੀਂ ਅਜੇ ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਨਹੀਂ ਕਰ ਸਕੇ, ਚਲੋ ਇਹ ਬੁਨਿਆਦੀ ਸਹੂਲਤਾਂ ਮੈਂ ਸਾਈਡ ਤੇ ਰੱਖਦਾ, ਜਿਹੜੇ ਕੰਮ ਲਈ ਸਕੂਲ ਖੁੱਲੇ ਨੇ, ਤੁਸੀਂ ਉਹਨਾਂ ਸਕੂਲਾਂ 'ਚ ਪੂਰੇ ਅਧਿਆਪਕਾਂ ਦਾ ਪ੍ਰਬੰਧ ਨਹੀਂ ਕਰ ਸਕਦੇ। ਕਰ ਸਕਦੇ, ਬਿਲਕੁਲ ਸਹੀ। ਚੁਣਾਵੀ ਹਥਿਆਰ ਕਿਵੇਂ ਬਣਾਉਂਦੇ ਹੋ? ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕਰਦੇ? ਪਹਿਲੀਆਂ ਸਰਕਾਰਾਂ ਨਲਾਇਕ ਸੀ, ਪਹਿਲੀਆਂ ਸਰਕਾਰਾਂ ਬੇਸਮਝ ਸੀ, ਪਹਿਲੀਆਂ ਸਰਕਾਰਾਂ ਨੂੰ ਸਿੱਖਿਆ ਦੀ ਸਮਝ ਨਹੀਂ ਸੀ। ਤੁਹਾਡੇ ਕੋਲ ਤਾਂ ਦਿੱਲੀ ਮਾਡਲ ਸੀ ਜੀ, ਦਿੱਲੀ ਮਾਡਲ ਕਾਪੀ ਕੀਤਾ। ਤੇ ਦਿੱਲੀ ਦੇ ਵਿੱਚ ਇੱਕ ਵੀ ਅਜਿਹਾ ਸਕੂਲ ਨਹੀਂ ਹੈਗਾ, ਸਰਕਾਰੀ ਸਕੂਲ, ਜਿੱਥੇ ਅਧਿਆਪਕਾਂ ਦੀ ਕਮੀ ਹੋਵੇ। ਪੰਜਾਬ 'ਚ ਕਿਉਂ ਹੈ ਜੀ? ਤੇ 2 ਸਾਲ ਲਗਭਗ ਸਰਕਾਰ ਨੂੰ ਹੋ ਜਾਣ, ਤੇ ਅੱਜ ਦੀ ਤਰੀਕ 'ਚ ਪੰਜਾਬ 'ਚ 13% ਸਰਕਾਰੀ ਸਕੂਲ ਅਜਿਹੇ ਨੇ ਜਿੱਥੇ ਇੱਕ ਇੱਕ ਮਾਸਟਰ ਹੈ ਸਿਰਫ। ਤੇ ਬਿਹਾਰ ਨੂੰ ਅਸੀਂ ਪਿਛੜਿਆ ਹੋਇਆ ਸੂਬਾ ਮੰਨਦੇ ਹਾਂ, ਹਾਂਜੀ ਹਾਂ। ਹਰਿਆਣੇ ਨੂੰ ਅਸੀਂ ਛੋਟਾ ਭਾਈ ਕਹਿੰਦੇ ਹਾਂ। ਬਿਹਾਰ ਦੇ ਵਿੱਚ ਅਜਿਹੇ ਸਕੂਲ ਸਿਰਫ 7% ਨੇ ਤੇ ਪੰਜਾਬ 'ਚ 13%, ਹਰਿਆਣੇ 'ਚ ਸਿਰਫ 5.5% ਨੇ, 5.6% ਅਜਿਹੇ ਸਕੂਲ ਨੇ। ਹੋਰ ਛੱਡੋ, ਪੇਂਡੂ ਇਲਾਕੇ, ਪੰਜਾਬ ਦੇ ਪੇਂਡੂ ਖੇਤਰ ਦੇ ਵਿੱਚ 63% ਸਰਕਾਰੀ ਸਕੂਲਾਂ 'ਚ ਮਾਸਟਰਾਂ ਦੇ ਅਹੁਦੇ ਖਾਲੀ ਪਏ ਨੇ, ਮਾਸਟਰਾਂ ਲਈ ਕੁਰਸੀਆਂ ਖਾਲੀ ਪਈਆਂ ਨੇ, ਤੇ 63% ਅਧਿਆਪਕਾਂ ਦੇ ਖਾਲੀ ਨੇ ਸਰਕਾਰੀ ਸਕੂਲਾਂ ਦੇ ਵਿੱਚ ਪੇਂਡੂ ਖੇਤਰ 'ਚ। ਤੇ ਹੁਣ ਵਾਲੀ ਤਾਂ ਸਰਕਾਰ ਆਈ ਉਹ ਪਿੰਡਾਂ 'ਚੋਂ ਹੈ, ਹੁਣ ਵਾਲੀ ਸਰਕਾਰ ਨੇ ਤਾਂ ਚੱਲਣਾ ਵੀ ਪਿੰਡਾਂ 'ਚੋਂ ਹੀ ਸੀ। MLA ਨੇ ਪਿੰਡਾਂ 'ਚ ਬੈਠ ਕੇ ਮੀਟਿੰਗਾਂ ਕਰਨੀਆਂ ਸੀ, ਸੱਥਾਂ 'ਚ ਬੈਠ ਕੇ ਸਰਕਾਰ ਚੱਲਣੀ ਸੀ, ਚੰਡੀਗੜ੍ਹੋਂ ਥੋੜ੍ਹਾ ਚੱਲਣੀ ਸੀ, ਪਰ ਚੰਡੀਗੜ੍ਹੋਂ ਮੈਂ ਨਿਕਲਦੇ ਨਹੀਂ ਦੇਖੇ, ਉੱਡਦੇ ਦੇਖੇ, ਗੁਜਰਾਤ ਨੂੰ ਜਾਂਦੇ ਦੇਖੇ, ਪਰ ਪਿੰਡਾਂ 'ਚ ਕਦੋਂ ਜਾਓਗੇ ਦੱਸ ਦਿਓ ਮੈਨੂੰ ਜੀ। ਸਮਾਗਮ ਵੱਡੇ ਵੱਡੇ ਕਰਦੇ ਹੋ ਤੇ ਵੱਡੇ ਵੱਡੇ ਕਰਕੇ ਮੰਚਾਂ ਤੋਂ ਉਤਰ ਕੇ ਚੰਡੀਗੜ੍ਹ ਨੂੰ ਮੁੜਿਆ ਉਹਨੇ। ਤੇ ਆਹ ਅੰਕੜਾ ਫਿਰ, ਇਹ ਮੇਰਾ ਤਾਂ ਅੰਕੜਾ ਨੀਗਾ, ਬਕਾਇਦਾ ਤੌਰ ਤੇ ਇੰਸਟੀਟਿਊਟ ਆਫ ਸੋਸ਼ਲ ਸਾਇੰਸ ਨੇ, ਉਹਨਾਂ ਦੇ ਸੈਂਟਰ ਦਾ ਇਹ ਸਰਵੇ ਹੈ, ਜਿਹੜਾ ਸਰਵੇ ਕਹਿੰਦਾ ਹੈ ਕਿ ਪੰਜਾਬ ਦੇ 13% ਸਰਕਾਰੀ ਸਕੂਲ ਸਿਰਫ ਇੱਕ ਇੱਕ ਮਾਸਟਰ ਦੇ ਹਵਾਲੇ ਨੇ, ਚੰਡੀਗੜ੍ਹ ਤੇ ਦਿੱਲੀ 'ਚ ਜਿਹਾ ਕੋਈ ਵੀ ਸਕੂਲ ਨਹੀਂ। ਪੰਜਾਬ ਦੇ ਵਿੱਚ ਔਸਤਨ 29 ਵਿਦਿਆਰਥੀਆਂ ਦੇ ਪਿੱਛੇ ਇੱਕ ਮਾਸਟਰ ਆਉਂਦਾ, ਠੀਕ ਹੈ, ਜਦੋਂ ਕਿ ਇੱਕ ਮਿਆਰ ਹੈ ਜਿਹੜਾ ਉਹ 18-20 ਬੱਚਿਆਂ ਪਿੱਛੇ ਇੱਕ ਅਧਿਆਪਕ ਦਾ ਹੋਣਾ ਜ਼ਰੂਰੀ ਹੈ। 29 ਅਧਿਆਪਕਾਂ ਪਿੱਛੇ ਇੱਕ ਆਉਂਦਾ, ਪਰ ਜਿੱਥੇ ਹੈ ਹੀ ਇੱਕ ਸਕੂਲ 'ਚ ਇੱਕ ਅਧਿਆਪਕ ਹੈ ਜੀ, ਉਹ ਵਿਚਾਰਾ ਹਾਜ਼ਰੀ ਲਾਊਗਾ, ਕਮਰੇ ਖੋਲੂਗਾ, ਤਾਲੇ ਲਾਊਗਾ, ਮਿਡ ਡੇ ਮੀਲ ਦਾ ਧਿਆਨ ਕਰੂਗਾ, ਪੜਾਊਗਾ, ਕਿ ਸਰਕਾਰੀ ਚਿੱਠੀਆਂ ਦੇ ਜਵਾਬ ਦਊਗਾ, ਕੀ ਕਰਦਾ ਹੋਊਗਾ ਉਹ। ਹੈਲੋ, ਮੈਂ ਪੂਰੀ ਰਿਪੋਰਟ ਤੁਹਾਡੇ ਸਾਹਮਣੇ ਰੱਖਦਾ ਜੀ। ਪੰਜਾਬ 'ਚ ਕਹਿੰਦੇ 29 ਵਿਦਿਆਰਥੀਆਂ ਦੇ ਪਿੱਛੇ ਇੱਕ ਅਧਿਆਪਕ ਹੈ ਪੜ੍ਹਾਉਣ ਵਾਲਾ, 13% ਸਰਕਾਰੀ ਸਕੂਲ ਅਜਿਹੇ ਨੇ ਜਿੱਥੇ ਸਿੰਗਲ ਟੀਚਰ ਹੈ। ਹੋਰ ਸੂਬਿਆਂ ਦੇ ਮੁਕਾਬਲੇ ਕਹਿੰਦੇ ਚੰਡੀਗੜ੍ਹ ਤੇ ਦਿੱਲੀ ਇੱਕ ਅਜਿਹੇ ਸਥਾਨ ਨੇ ਜਿੱਥੇ ਕੋਈ ਵੀ ਸਰਕਾਰੀ ਸਕੂਲ ਅਜਿਹਾ ਨੀਗਾ ਜਿੱਥੇ ਅਧਿਆਪਕ ਤੋਂ ਵਾਂਝੇ ਹੋਣ, ਲਗਭਗ ਸਾਰੇ ਅਧਿਆਪਕ ਉੱਥੇ ਪੂਰੇ ਨੇ, ਜਦੋਂ ਕਿ ਬਿਹਾਰ 'ਚ 7% ਤੇ ਹਰਿਆਣਾ 5.5% ਅਜਿਹੇ ਸਕੂਲ ਨੇ। ਇਹਦਾ ਮਤਲਬ ਬਿਹਾਰ ਤੇ ਹਰਿਆਣਾ ਸਾਡੇ ਨਾਲੋਂ ਬਿਹਤਰ ਨੇ ਇਸ ਮਾਮਲੇ 'ਚ। ਇਸ ਤੋਂ ਇਲਾਵਾ 99% ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਕੋਲ ਪੰਜਾਬ ਦੇ ਵਿੱਚ ਉਹ ਮਿਆਰੀ ਯੋਗਤਾ ਹੀ ਨਹੀਂ ਪੜ੍ਹਾਉਣ ਵਾਲੀ। 99% ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਉੱਤੇ ਜ਼ੋਰ ਲਾਇਆ ਪਿਆ ਸੀ ਨਿਆਣੇ ਟਾਈਆਂ ਲਾ ਲਾ ਭੇਜ ਕੇ, ਮਤਲਬ ਲਗਭਗ 90% ਪੰਜਾਬ ਦੇ ਪ੍ਰਾਈਵੇਟ ਸਕੂਲ ਅਜਿਹੇ ਨੇ ਜਿਨ੍ਹਾਂ ਕੋਲ ਅਧਿਆਪਕ ਉਸ ਪੈਮਾਨੇ ਦੇ ਹੈ ਹੀ ਨਹੀਂ, ਉਹ ਯੋਗਤਾ ਹੈ ਹੀ ਨਹੀਂ ਜਿਹੜੀ ਤੈਅ ਕੀਤੀ ਗਈ ਆ। ਤੇ ਜਿਹੜੇ ਉਹ ਯੋਗਤਾ ਵਾਲੇ ਹੈਗੇ ਵੀ ਨੇ ਵਿਚਾਰੇ, ਉਹਨਾਂ ਨੂੰ ਤਨਖਾਹ ਵੀ ਨੀ ਪ੍ਰਾਈਵੇਟ ਵਾਲੇ ਪੂਰੇ ਦਿੰਦੇ, ਇਹ ਵੀ ਸ਼ੋਸ਼ਣ ਆ ਉੱਤੇ ਜੀ ਜੀ। ਇਹ ਤੋਂ ਗਾਂਹ ਜੋ ਇਹ ਇੰਸਟੀਚਿਊਟ ਨੇ ਜਿਹੜਾ ਸਰਵੇ ਕੀਤਾ, ਇਹਦੇ ਵਿੱਚ ਉਹ ਕਹਿੰਦੇ ਜੀ ਲਗਭਗ 8-9 ਸੂਬਿਆਂ 'ਚ ਸਰਵੇ ਸੀ ਜਿਹਨਾਂ 'ਚ
ਆਸਾਮ ਵੀ ਸੀ, ਬਿਹਾਰ ਵੀ ਸੀ, ਛੱਤੀਸਗੜ੍ਹ ਵੀ ਸੀ, ਕਰਨਾਟਕਾ ਵੀ ਸੀ, ਮਹਾਰਾਸ਼ਟਰ ਵੀ ਸੀ, ਮਿਜ਼ੋਰਮ, ਤੇਲੰਗਾਨਾ, ਹਰਿਆਣਾ ਇਹ ਸ਼ਾਮਿਲ ਸੀਗੇ ਤੇ ਪੰਜਾਬ ਵੀ। ਸੂਬਿਆਂ ਦੇ ਵਿੱਚ ਕਹਿੰਦੇ 75% ਆਪਣੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ, ਪੰਜਾਬ ਦੇ ਵਿੱਚ ਕਹਿੰਦੇ ਅਧਿਆਪਨ ਖੇਤਰ ਦੇ ਵਿੱਚ 75% ਬੀਬੀਆਂ ਟੀਚਿੰਗ ਦੀ ਭੂਮਿਕਾ ਨਿਭਾਉਂਦੀਆਂ ਨੇ। ਠੀਕ ਹੈ ਜੀ। ਪੰਜਾਬ ਦੇ ਵਿੱਚ ਅਧਿਆਪਕ ਵਜੋਂ ਸਰਕਾਰੀ ਸਕੂਲਾਂ ਦੇ ਪੱਖ ਤੋਂ ਜੇਕਰ ਦੇਖਦੇ ਹਾਂ ਤਾਂ 75% ਕਹਿੰਦੇ ਮਹਿਲਾ ਅਧਿਆਪਕ ਨੇ, ਪਰ ਸਰਕਾਰੀ ਸਕੂਲਾਂ ਦੇ ਵਿੱਚ ਹੈੱਡ ਮਾਸਟਰ ਦੀ ਜ਼ਿੰਮੇਵਾਰੀ 33% ਵੀ ਅਜੇ ਪੂਰੀ ਨਹੀਂ ਹੈ ਮਹਿਲਾਵਾਂ ਕੋਲ ਸਰਕਾਰੀ ਸਕੂਲਾਂ ਦੇ ਵਾਲੇ ਨੂੰ। ਸੂਬੇ ਦੇ ਵਿੱਚ ਮਹਿਜ 33% ਸਰਕਾਰੀ ਸਕੂਲ ਅਜਿਹੇ ਨੇ ਜਿੱਥੇ ਹੈੱਡ ਕਹਿੰਦੇ ਬੀਬੀ ਹੈ ਜੀ, ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚ 46% ਬੀਬੀਆਂ ਕੋਲ ਜ਼ਿੰਮੇਵਾਰੀ ਹੈਗੀ ਹੈ। ਔਰ ਏਡਡ ਸਕੂਲ ਕਾਫੀ ਚੰਗੇ ਨਜ਼ਰ ਆ ਰਹੇ, ਏਡਡ ਸਕੂਲਾਂ ਦੇ ਵਿੱਚ 80% ਬੀਬੀਆਂ ਕੋਲ ਸਕੂਲਾਂ ਦੀ ਸੇਵਾ ਹੈ ਮਤਲਬ ਬਤੌਰ ਹੈੱਡ, ਪਰ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਬਾਰੇ ਦੇਖਦੇ ਹਾਂ 33% ਨੇ ਅਜੇ ਕਹਿੰਦੇ ਜੀ। ਇਸ ਤੋਂ ਗਾਂਹ ਆ ਜਾਓ ਜੀ, ਕਹਿੰਦੇ ਜੀ ਖੇਤਰ ਚ 95% ਮਹਿਲਾਵਾਂ, ਗੌਰਮੈਂਟ ਦੇ ਵਿੱਚ 71%, ਪ੍ਰਾਈਵੇਟ ਦੇ ਵਿੱਚ 99%, ਪੇਂਡੂ ਇਲਾਕਿਆਂ ਚ 80% ਮਹਿਲਾ ਟੀਚਰ ਨੇ। ਲਗਭਗ ਟੀਚਿੰਗ ਖੇਤਰ ਦੇ ਵਿੱਚ ਸਾਰੇ ਪ੍ਰਾਈਵੇਟ ਸਰਕਾਰੀ ਏਡਡ ਸਾਰਿਆਂ ਚ ਬੀਬੀਆਂ ਦੀ ਸਰਦਾਰੀ ਹੈਗੀ ਆ, ਪਰ ਪੇਂਡੂ ਖੇਤਰ ਨੂੰ ਸਰਕਾਰਾਂ ਨੇ ਅਣਗੋਲਿਆ ਕੀਤਾ ਹੋਇਆ। ਇੱਕ ਪਾਸੇ ਕੁੱਲ ਔਸਤ ਆ ਰਹੀ ਹੈ 13% ਕਿ ਜਿਹੜੇ ਸਰਕਾਰੀ ਸਕੂਲ 1-1 ਮਾਸਟਰ ਦੇ ਹਵਾਲੇ ਨੇ, ਦੂਸਰੇ ਪਾਸੇ ਆਹ ਸਾਡੇ ਸਾਹਮਣੇ ਪਹਿਲੂ ਖੜਾ, ਕਹਿੰਦੇ ਜੀ ਪੰਜਾਬ ਦੇ ਵਿੱਚ ਇੱਕ ਅਧਿਆਪਕ 1 ਹਫ਼ਤੇ ਚ 32 ਪੀਰੀਅਡ ਲੈ ਰਿਹਾ, ਠੀਕ ਹੈ ਨਾ, ਇਹ ਹੋਰ ਸੂਬਿਆਂ ਦੇ ਮੁਕਾਬਲੇ ਕਹਿੰਦੇ ਜ਼ਿਆਦਾ ਏ ਜੀ। ਪਰ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ 63% ਪੇਂਡੂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ, ਤੇ ਜਿਹਨਾਂ ਨੂੰ ਅਧਿਆਪਕ ਭਰਤੀ ਕਰਨਾ ਉਹ ਬੇਚਾਰੇ ਟੈਂਕੀਆਂ ਤੇ ਚੜੇ ਫਿਰਦੇ ਨੇ। ਉਹ ਮੁੱਖ ਮੰਤਰੀ ਸਾਹਿਬ ਦੇ ਘਰ ਮੂਹਰੇ ਧਰਨਾ ਲਾਉਂਦੇ ਨੇ, ਕਦੇ ਉਹ ਧਰਨਾ ਬਠਿੰਡੇ ਲੱਗਦਾ ਸੀ, ਕਦੇ ਉਹ ਧਰਨਾ ਪਟਿਆਲੇ ਲੱਗਣ ਲੱਗ ਗਿਆ, ਕਦੇ ਉਹ ਧਰਨਾ ਖਰੜ ਮੋਹਾਲੀ ਆ ਗਿਆ, ਤੇ ਅੱਜ ਕੱਲ ਧਰਨਾ ਸੰਗਰੂਰ ਲੱਗਦਾ, ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦਾ, ਪੰਜਾਬ ਵਾਲਿਆਂ ਨੂੰ ਵੜਨ ਨਹੀਂ ਦਿੰਦੇ ਅਗਲੇ, ਨਾ ਪੰਜਾਬ ਵਾਲੇ ਵੜਨ ਦੇ ਤੇ ਨਾ ਮੋਦੀ ਵਾਲੇ ਵੜਨ ਦੇਣ ਕਿ ਹਾਂ ਜੀ ਇਹ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਿਆ। ਸੋ ਇਹ ਸਭ ਦੇ ਇਹ ਪਹਿਲੂ ਗੌਰ ਕਰਨ ਵਾਲੇ ਨੇ। ਹੋਰ ਮੋਗਾ, ਮੋਗਾ ਖੇਤਰ ਦੇ ਵਿੱਚ 49% ਸਰਕਾਰੀ ਸਕੂਲਾਂ ਦੇ ਵਿੱਚ ਕੁੜੀਆਂ ਦੇ ਲਈ ਬਾਥਰੂਮ ਤੱਕ ਨਹੀਂ ਹੈ, ਇਕੱਲਾ ਮੋਗਾ ਖੇਤਰ ਦੀ ਰਿਪੋਰਟ ਹੈ। ਪੂਰੇ ਪੰਜਾਬ ਦੀ ਕੀ ਸਥਿਤੀ ਹੋਊਗੀ, ਟਾਟਾ ਦੇ ਟਾਟਾ ਜਿਹੜਾ ਇੰਸਟੀਚਿਊਟ ਹੈ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਸੈਂਟਰ, ਉਹਦਾ ਸਰਵੇ ਦੱਸ ਰਿਹਾ ਕਿ ਮੋਗਾ ਦੇ ਖੇਤਰ ਦੇ ਵਿੱਚ 49% ਸਰਕਾਰੀ ਸਕੂਲਾਂ ਚ ਕੁੜੀਆਂ ਦੇ ਲਈ ਅਜੇ ਤੱਕ ਵੱਖਰੇ ਟੋਇਲਟ ਦੀ ਸਹੂਲਤ ਨਹੀਂ ਹੈ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੱਥੇ ਖੜੇ ਆ ਅਸੀਂ। ਪੇਂਡੂ ਇਲਾਕਿਆਂ ਚ 63% ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਅਹੁਦੇ ਖਾਲੀ ਨੇ, ਤੇ ਸ਼ਹਿਰੀ ਖੇਤਰਾਂ ਦੇ ਵਿੱਚ 58% ਅਧਿਆਪਕਾਂ ਦੇ ਅਹੁਦੇ ਖਾਲੀ ਨੇ ਜੀ। ਸੋ ਜਿਹਨਾਂ ਦੀ ਸਿੱਖਿਆ ਹੀ ਚੋਣ ਪ੍ਰਚਾਰ ਦਾ ਮੁੱਖ ਮੁੱਦਾ ਹੋਵੇ ਤੇ ਉਹ ਵੀ ਸਰਕਾਰੀ ਸਕੂਲਾਂ ਦੇ ਨਾਂ ਤੇ ਹੋਊਗਾ। ਜਨਾਬ ਮਾਡਲ ਸਕੂਲ ਲਿਖਣ ਨਾਲ ਮਾਡਲ ਨਹੀਂ ਹੁੰਦਾ, ਉਹਦੇ ਵਿੱਚ ਉਹ ਸਹੂਲਤਾਂ ਦੇਣ ਨਾਲ ਉਹ ਨਵੇਂ ਸਰੂਪ ਚ ਆਊਗਾ। ਸੋ ਸਰੂਪ ਦੀ ਸਥਿਤੀ ਮੂੰਹ ਚੜਾਉਂਦੀ ਆ ਕਿ 2 ਸਾਲਾਂ 'ਚ ਤੁਸੀਂ ਪੂਣੀ ਨਹੀਂ ਕੀਤੀ। ਤੇ ਜਦੋਂ ਇਹਨਾਂ ਨੇ ਉਦਘਾਟਨ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ, ਤੇ ਉਦੋਂ ਇਹਨਾਂ ਦੇ ਆਪਦੇ MLA ਨੇ ਉਹ ਸਾਰਾ ਚੱਠਾ ਖੋਲਤਾ ਸੀਗਾ। ਤੇ ਤੁਸੀਂ ਪੰਜਾਬ ਦੇ ਸਿਆਸਤਦਾਨਾਂ ਦੀ ਗੱਲ ਕੀਤੀ ਸ਼ਰਮਾ ਜੀ ਵਿੱਚ ਜਦੋਂ ਧਰਨੇ ਦੀ ਗੱਲ ਕੀਤੀ ਸੀ ਵੀ ਕਦੇ ਪਟਿਆਲੇ ਤੇ ਕਦੇ ਲੰਬੀ ਤੇ ਕਦੇ ਬਠਿੰਡਾ ਤੇ ਅੱਜ ਕੱਲ੍ਹ ਖਰੜ ਬਨੂੜ, ਸਾਡੇ ਸਿਆਸਤਦਾਨ ਸ਼ਰਮਾ ਜੀ ਇੰਨੇ ਕੁ ਗੈਰਤਹੀਣ ਹੋ ਗਏ ਆ, ਉਹਨਾਂ ਨੂੰ ਇਸ ਗੱਲ ਦੀ ਰਤਾ ਵੀ ਸ਼ਰਮ ਨਹੀਂ, ਭੋਰਾ ਵੀ ਸ਼ਰਮ ਨਹੀਂ ਕਿ ਅਸੀਂ ਆਪਦੀ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਨਹੀਂ ਕਰ ਸਕਦੇ। ਬਿਲਕੁਲ, ਮਾਤੜਾਂ ਦੇ ਚਲੋ ਆਪਣੇ ਵਰਗੇ ਆਮ ਘਰਾਂ ਦੇ ਜਵਾਕ ਤਾਂ ਬੱਸਾਂ ਤੇ ਚੜ੍ਹ ਕੇ ਜਾਣਗੇ, ਜੇ ਬੱਸਾਂ ਹੀ ਖਰੜ ਰੋਕ ਲਈਆਂ ਤੇ ਮਾਲੀ ਕਿਵੇਂ ਜਾਣਗੇ। ਬਿਲਕੁਲ, ਪਰ ਉਹ ਤਾਂ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਬਹਿੰਦੇ ਆ, ਉੱਥੇ ਜਿਹੜੀ ਵਿਧਾਨ ਸਭਾ ਉੱਥੋਂ ਦੇ ਜਿਹੜੇ ਚੰਡੀਗੜ੍ਹ ਦੇ ਵਿੱਚ ਬਣੇ ਆ MLA ਹੋਸਟਲ ਉਹਨਾਂ ਦੇ ਵਿੱਚ ਰਹਿੰਦੇ ਆ, ਤੇ ਉਹਨਾਂ ਨੂੰ ਇਸ ਗੱਲ ਦੀ ਕਦੇ ਸ਼ਰਮ ਨਹੀਂ ਆਈ ਉਹਨਾਂ ਨੂੰ। ਹਾਂਜੀ ਹਾਂਜੀ, ਇਹਨਾਂ ਦੀ ਪਾਰਟੀਆਂ ਦੇ ਦਫ਼ਤਰ ਨੇ ਇੱਥੇ, ਦਫ਼ਤਰ ਨੇ ਚੰਡੀਗੜ੍ਹ ਦੇ। ਬਿਲਕੁਲ ਸਹੀ ਹੈ, ਬਿਲਕੁਲ, ਚੰਡੀਗੜ੍ਹ ਦੇ ਵਿੱਚ ਕਾਂਗਰਸ ਭਵਨ ਹੈ ਜੀ, ਅਕਾਲੀਆਂ ਦਾ ਦਫ਼ਤਰ ਹੈ ਜੀ, ਇਹ ਜਦੋਂ ਧਰਨੇ ਲਈ ਨਿਕਲਦੇ ਨੇ ਤਾਂ ਗੇਟ ਤੋਂ ਬਾਹਰ ਸੜਕ ਤੱਕ ਆਉਣ ਦੇ ਜਾਂਦੇ ਨੇ, ਉਹਨੂੰ ਬਸ ਕਹਿ ਕੇ ਇੱਥੇ ਤੱਕ ਆਉਣ ਦੇਵਾਂਗੇ, ਤੋਂ ਅੱਗੇ ਨਹੀਂ ਜਾਣਾ, ਇਹ ਤੋਂ ਅੱਗੇ ਮੰਨ ਲੈਂਦੇ ਨੇ। ਹਾਂਜੀ ਹਾਂਜੀ, ਸਾਡੀ ਫੋਟੋ ਹੋ ਗਈ, ਠੀਕ ਹੈ। ਸ਼ਰਮਾ ਜੀ, ਜਿਹੜਾ ਧਰਨਾ ਮੁਜ਼ਾਰਾ ਨਾ, ਉਹ ਤਾਂ ਖੇਤ ਮਜ਼ਦੂਰਾਂ, ਕਿਸਾਨਾਂ, ਵਪਾਰੀਆਂ ਦਾ ਹੀ ਹੈ ਜਾਂ ਬੇਰੁਜ਼ਗਾਰਾਂ ਦਾ, ਮੁਲਾਜ਼ਮਾਂ ਦਾ, ਸਿਆਸਤਦਾਨ ਦਾ ਕੋਈ ਧਰਨਾ ਨਹੀਂ ਹੁੰਦਾ, ਉਹਦਾ ਫੋਟੋ ਸੈਸ਼ਨ ਹੁੰਦਾ। ਜਾਂ ਤੁਸੀਂ ਮੈਨੂੰ ਦੱਸ ਦਿਓ ਕਿ ਇਹਨਾਂ ਦੇ ਇਹਨਾਂ ਨੂੰ ਕੋਈ ਧੂ ਕੇ ਕੋਈ ਜਾਂ ਇਹਨਾਂ ਦੇ ਪਾਣੀ ਦੀਆਂ ਵਿਛਾੜਾਂ ਵੱਜਦੀਆਂ, 2 ਮਿੰਟ ਨਹੀਂ ਚੱਲਦਾ ਹੋਣਾ ਵਾਟਰ ਕੈਨਨ, ਤੁਸੀਂ ਤਾਂ ਚੰਡੀਗੜ੍ਹ ਦੇ ਵਿੱਚ ਰਹਿੰਦੇ। ਉਹ ਫੋਟੋਆਂ ਤੋਂ ਫਟਾਫਟ ਬਸ ਚੜ ਜਾਂਦੇ ਆ। ਹਾਂਜੀ, ਆਪ ਹੀ ਬਸ ਚੜ ਜਾਂਦੇ ਆ। ਬਿਲਕੁਲ, ਤੇ ਧੂ ਕੇ ਤਾਂ ਲੋਕਾਂ ਦੇ ਜਵਾਕ ਲਿਜਾਂਦੀ ਹੈ ਪੁਲਿਸ ਘਰਾਂ ਦੇ ਵਿੱਚ, ਜਾਂ ਜਦੋਂ ਕੇਜਰੀਵਾਲ ਨੇ ਆਉਣਾ ਹੁੰਦਾ ਉਦੋਂ ਘਰਾਂ 'ਚ ਨਜ਼ਰਬੰਦ ਕਰ ਦਿੰਦੇ ਆ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਸੰਘ ਦਰਸ਼ਨ ਕਰਦੇ ਸੀ ਉਦੋਂ ਵੀ ਇਹੀ ਕੰਮ ਚੱਲਦਾ ਹੁੰਦਾ ਸੀ, ਇਹੀ ਕੰਮ ਹੁੰਦਾ ਜੀ।